शमशेर सिंह विरक हाँ जी की कहना चाहते हैं छुट्टी देखो जी बहुत खुशी की गल है कि तुम दो महीने तो बाद अज अपने घर वापस परत रहे हैं बाकी ये असं सरकार गुजारिश भी करते हैं कि जे भी उपराला उस समय पहला किया हों जिमें कि लॉकडाउन के दौरान उत्थे एकदम शटडाउन करके बसा वगैरह बंद हो गई सी असं पहले भी घर जा सकते थे बिल्कुल सही तरीके जा सकते महसूस कर देखो जी साढ़े परिवार को असं मिलना चाहते हैं बाकी सा परिवार पिछे सू एक चीज़ का बहुत खुशी हो रही है कि असं जा रहे हैं बाकी सू इस चीज़ का दुख भी हो रहा है कि साढ़ा एक मैंबर अजे भी इतने है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਕਹਿਣਾ ਚਾਹੁੰਦਾ ਛੁੱਟੀ ਮਿਲੀ ਹੈ ਤੁਹਾਨੂੰ ਹਜ਼ੂਰ ਸਾਹਿਬ ਤੋਂ ਸੰਗਤ ਬਾਬਾ ਚ ਅੰਮ੍ਰਿਤਸਰ ਆਈ ਹੈ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਤੇ ਪਹੁੰਚੀ ਹੈ ਪਹੁੰਚਦੇ ਸਾਨੂੰ ਦੂਸਰੀ ਮੰਜ਼ਿਲ ਤੇ ਚਾਰ ਨੰਬਰ ਵਾਰਡ ਮੈਡੀਸਨ ਵਾਰਡ ਜੋ ਕਿ ਸਾਨੂੰ ਇੱਥੇ ਆਇਆ ਬਹੁਤ ਹੀ ਅੱਛਾ ਕੋਪਰੇਟ ਮਿਲਿਆ ਸਾਨੂੰ ਨਰਸਿੰਗ ਸਟਾਫ ਬਾਰ ਸਟਾਫ ਸਿਪਾਹੀ ਸਟਾਫ ਬਹੁਤ ਹੀ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਦੁੱਧ ਪਾਣੀ ਪ੍ਰਸ਼ਾਦਾ ਹਰ ਸਾਨੂੰ ਜੀ ਗਰਮ ਗਰਮ ਬਹੁਤ ਅੱਛਾ ਸਹਿਯੋਗ ਮਿਲਿਆ ਗਿਆ ਸਟਾਫ ਨੂੰ ਖਾਸ ਕਰਕੇ ਸਾਡੇ ਨਰਸਿੰਗ ਸਟਾਫ ਕਿ ਇਹਨਾਂ ਧੀਆਂ ਭੈਣਾਂ ਨੇ ਸਾਡੀ ਇੰਨੀ ਕੁ ਮਾਣ ਸਤਾਰ ਸਾਨੂੰ ਬਖਸ਼ਿਆ ਕਿ ਇਹਨਾਂ ਤੇ ਅਸੀਂ ਸ਼ਲਾਘਾ ਨਹੀਂ ਕਰ ਸਕਦੇ ਕੀ ਨਾਂ ਜੀ ਤੁਹਾਡਾ ਬਾਬਾ ਜੀ ਮੇਰੇ ਨਾਂ ਸਰਦਾਰ ਕੁਲਦੀਨ ਕੁਲਦੀਨ ਸਿੰਘ ਜੀ ਵਾਹਿਗੁਰੂ ਅਜੀ ਕੀ ਕਹਿਣਾ ਚਾਹਦੇ ਆ ਛੁੱਟੀ ਮਿਲੀ ਆ ਤੁਹਾਨੂੰ ਹਾਂ ਜੀ ਬਹੁਤ ਖੁਸ਼ੀ ਮਿਲੀ ਆ ਜੀ ਦੋ ਮਹੀਨਿਆਂ ਬਾਅਦ ਅੱਜ ਸਹੀ ਆਪਣੇ ਘਰ ਆ ਰਹੇ ਹਾਂ ਕੀ ਮਹਿਸੂਸ ਕਰਦੇ ਹੋ ਬਹੁਤ ਵਧੀਆ ਲੱਗਾ ਜੀ ਠੀਕ ਠਾਕ ਸ਼ਮਸ਼ੇਰ ਸਿੰਘ ਵਿਰਕ ਹਾਂਜੀ ਕੀ ਕਹਿਣਾ ਚਾਹਦੇ ਆ ਛੁੱਟੀ ਮਿਲੀ ਆ ਦੇਖੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ 2 ਮਹੀਨੇ ਤੋਂ ਬਾਅਦ ਅੱਜ ਆਪਣੇ ਘਰ ਵਾਪਸ ਪਰਤ ਰਹੇ ਆ ਬਾਕੀ ਇਹਦੇ ਵਿੱਚ ਅਸੀਂ ਇੱਕ ਸਰਕਾਰ ਨੂੰ ਗੁਜ਼ਾਰਿਸ਼ ਵੀ ਕਰਦੇ ਹਾਂ ਕਿ ਜੇ ਇਹ ਉਪਰਾਲਾ ਤੁਸੀਂ ਉਸ ਸਮੇਂ ਪਹਿਲਾਂ ਕੀਤਾ ਹੁੰਦਾ ਜਿਵੇਂ ਕਿ ਲੋਕਡਾਊਨ ਦੇ ਦੌਰਾਨ ਉੱਥੇ ਇੱਕਦਮ ਸ਼ਟਡਾਊਨ ਕਰਕੇ ਬਸਾ ਟ੍ਰੇਨਸ ਵਗੈਰਾ ਬੰਦ ਹੋ ਗਈਆਂ ਸੀ ਅਸੀਂ ਪਹਿਲਾਂ ਵੀ ਘਰ ਜਾ ਸਕਦੇ ਸੀ ਉਹ ਬਿਲਕੁਲ ਸਹੀ ਤਰੀਕੇ ਨਾਲ ਜਾ ਸਕਦੇ ਸੀ ਹੁਣ ਕੀ ਮਹਿਸੂਸ ਕਰਦੇ ਛੁੱਟੀ ਮਿਲੀ ਕਿੰਨੀ ਕੀ ਖੁਸ਼ੀ ਹੈ ਦੇਖੋ ਜੀ ਸਾਡੇ ਪਰਿਵਾਰ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਬਾਕੀ ਸਾਡਾ ਪਰਿਵਾਰ ਪਿੱਛੇ ਆ ਸਾਨੂੰ ਇਸ ਚੀਜ਼ ਦਾ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਜਾ ਰਹੇ ਹਾਂ ਬਾਕੀ ਸਾਨੂੰ ਇਸ ਚੀਜ਼ ਦਾ ਦੁੱਖ ਵੀ ਹੋ ਰਿਹਾ ਕਿ ਸਾਡਾ ਇੱਕ ਮੈਂਬਰ ਅਜੇ ਵੀ ਇੱਥੇ ਹੈ ਚਲੋ ਹਾਂਜੀ ਅੱਜ ਕਿੰਨੇ ਕੁ ਬੰਦੇ ਛੱਡਣ ਲੱਗੇ ਹੋ ਛੁੱਟੀ ਮਿਲੀ ਹੈ ਜਿੰਨਾਂ ਦੀ ਸਾਡੇ ਕੋਲ ਟੋਟਲ 241 ਪੇਸ਼ੈਂਟਸ ਦਾਖਲ ਹੈ ਜਿਨ੍ਹਾਂ ਵਿੱਚੋਂ 196 ਪੇਸ਼ੈਂਟਸ ਹੈ ਜਿਹੜੇ ਸ਼੍ਰਦਾਲੂ ਹੋ ਗਏ ਸੀ ਉਹਨਾਂ ਵਿੱਚੋਂ 25 ਪੇਸ਼ੈਂਟਸ ਅੱਜ ਨੈਗੇਟਿਵ ਹੋ ਗਏ ਟੈਸਟ ਵਿੱਚ ਤੇ ਅੱਜ ਉਹਨਾਂ ਨੂੰ ਅਸੀਂ ਛੁੱਟੀ ਦੇ ਰਹੇ ਹਾਂ ਡਿਸਚਾਰਜ ਕਰ ਰਹੇ ਹਾਂ